ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੁਨਿਆਰਿਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਸੁਨਿਆਰਿਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਮੌਜੂਦਾ ਪੰਜਾਬ ਸਰਕਾਰ ਤੇ ਭੜਾਸ ਕੱਢਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਸਰਕਾਰ ਨੇ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧਕੇਲ ਦਿੱਤਾ ਹੈ ਅਤੇ ਪੰਜਾਬ ਵਿੱਚ ਹਰ ਚੀਜ਼ ਤੇ ਅਤੇ ਵਪਾਰ ਤੇ ਆਪਣਾ ਕਬਜ਼ਾ ਕਰ ਲਿਆ ਹੈ। ਬਰਨਾਲਾ ਵਿੱਚ ਮੋਟਰਸਾਈਕਲ ਰੈਲੀ ਦੌਰਾਨ ਅਕਾਲੀ ਪਾਰਟੀ ਦੇ ਲੋਕਾਂ ਵੱਲੋਂ ਕੀਤੇ ਗਏ ਹਮਲੇ ਤੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਇਹ ਅਕਾਲੀਆਂ ਦੀ ਹਾਰ ਦੀ ਬੁਖਲਾਹਟ ਦਾ ਨਤੀਜਾ ਹੈ। ਸਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਪ੍ਰਧਾਨ ਦੁੱਲੋ ਨੇ ਰਾਹੁਲ ਗਾਂਧੀ ਦੇ ਜੁੱਤਾ ਸੁੱਟਣ ਵਾਲੇ ਦੀ ਵੀ ਨਿਖੇਧੀ ਕੀਤੀ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਹੀ ਮੰਦ ਭਾਗੀਆਂ ਹਨ। ਕੈਮਰਾਮੈਨ ਲਖਵਿੰਦਰ ਲੱਕੀ ਦੇ ਨਾਲ ਸੁਨੀਲ ਲਾਖਾ ਦੀ ਰਿਪੋਰਟ। ਪ੍ਰੋਬਲਮ ਹੈ ਸਵਰਨ ਕਾਰਡ ਜਿਹੜੇ ਸੀ, ਜਿਹੜਾ ਨਵੀਂ ਪਾਲਿਸੀ ਬਣੀ ਆ ਉਹਦੇ 'ਚ ਮੈਂ ਸਮਝਦਾ ਵੀ ਜਿਹੜੇ ਵੱਡੇ ਕਾਰੋਬਾਰੀ ਹੈ ਉਹਨਾਂ ਨੂੰ ਬੈਨੀਫਿਟ ਦੇ ਲਈ ਅੰਦਰ ਖਾਤੇ ਇਹ ਸਰਕਾਰ ਨੇ ਜਿਹੜਾ ਲਿਆਂਦਾ ਹੈ ਆਪਣਾ ਸਵਰਨ ਕਾਰਡ ਦੇ ਬਾਰੇ ਔਰ GST ਵਗੈਰਾ ਜਿਹੜਾ ਆਇਆ ਉਹਦੇ ਨਾਲ ਮੈਨੂੰ ਸਭ ਮੈਂ ਇਹ ਮਹਿਸੂਸ ਕਰਦਾ ਜਿਹੜੇ ਕਾਰੋਬਾਰ ਜਿਹੜੇ ਸਮਾਲ ਛੋਟੇ ਲੈਵਲ 'ਤੇ ਕਾਰੋਬਾਰ ਕਰਦੇ ਨੇ ਆਪਣਾ ਗਹਿਣਿਆਂ ਦਾ ਦੁਕਾਨਦਾਰ ਜਾਂ ਕਾਰੀਗਰ ਉਹਨਾਂ ਦੇ ਉਹ ਮੋਨੋਪੋਲਿਸਟ ਨੂੰ ਅਵਾਰਾ ਮਿਲਣਾ। ਕੋਈ ਸਮਾਂ ਇਹੋ ਜਿਹਾ ਸੀ ਆਇਆ ਪੰਜਾਬ ਦੇ ਵਿੱਚ ਕਿ ਕਣਕ ਸਸਤੀ ਸੀ ਰੇਤਾ ਮਹਿੰਗਾ ਸੀ ਔਰ ਸਭ ਨਾਲੋਂ ਬੜੀ ਮਾੜੀ ਗੱਲ ਹੈ ਕਿ ਚਿੱਟਾ ਪਾਊਡਰ ਪਕਾ ਰਹੇ ਔਰ ਇਹ ਸਾਰਾ ਕੁਛ ਜੋ ਵਿਕ ਰਿਹਾ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾ ਦਿੱਤਾ। 70% ਲੋਕ ਪੰਜਾਬ ਦੇ ਇਹ ਚਿੱਟੇ ਪਾਊਡਰ ਦੇ ਆਦੀ ਨੇ। ਉਹਦਾ ਨੁਕਸਾਨ ਹੋ ਗਿਆ, ਸਾਡੀ ਜਵਾਨੀ ਵੀ ਤਬਾਹ ਹੋ ਰਹੀ ਹੈ, ਸਾਡੀ ਕਿਸਾਨੀ ਵੀ ਔਰ ਵਪਾਰ ਵੀ ਤਬਾਹ ਹੋ ਰਿਹਾ। ਇਸ ਕਰਕੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ। ਔਰ ਜਿਹੜਾ ਇੱਕ MLA ਆਪ ਨੇ ਬਣਾਇਆ ਜਰਨੈਲ ਸਿੰਘ, ਉਹਨੇ 20 ਸਤੰਬਰ ਜਦੋਂ ਫਾਈਨੈਂਸ ਮਿਨਿਸਟਰ ਸੀ ਉਹਦੇ 'ਤੇ ਜੁੱਤੀ, ਇਹਦਾ ਮਤਲਬ ਜੁੱਤੀ ਸਿੱਟਣ ਵਾਲਿਆਂ ਨੂੰ MLA ਬਣਾਉਣਾ। ਉਹ ਆਮ ਕਦੇ ਜੁੱਤੀਆਂ ਇਹਨਾਂ 'ਤੇ ਵੀ ਪੈਣੀਆਂ। ਬਾਦਲ ਸਾਹਿਬ ਤਾਂ ਲੋਕਾਂ ਨਾਲ ਡਰਾਮਾ ਹੀ ਕਰਦੇ ਹੈ, ਰਾਜ ਨਹੀਂ ਸੇਵਾ ਦੀ ਗੱਲ ਕਰਦੇ ਨੇ, ਸੇਵਾ ਕਰਦੇ ਨੇ ਉਹ ਡੰਡੇ ਨਾਲ ਜਾਂ ਪੁਲਿਸ ਨਾਲ। ਉਹ ਤਾਂ ਸਾਰੇ ਲੋਕ ਇਹ ਜਾਣਦੇ ਨੇ ਵੀ ਸੇਵਾ ਕਿਵੇਂ ਹੋ ਰਹੀ ਹੈ। ਕਿਸਾਨਾਂ ਦਾ ਜੇ ਹਿਤੈਸ਼ੀ ਕੋਈ ਜਮਾਤ ਹੈ ਚਾਹੇ ਹਰ ਵਰਗ ਦੀ, ਵਪਾਰੀਆਂ ਦੀ ਵੀ, ਜਦੋਂ ਸਾਡਾ ਰਾਜ ਹੁੰਦਾ ਵਪਾਰ ਪ੍ਰਫੁੱਲਿਤ ਹੁੰਦਾ। ਇਹਨਾਂ ਦੇ ਰਾਜ ਦੇ ਵਿੱਚ ਕਿਉਂਕਿ ਆਪ ਹੀ ਲੁੱਟਣ ਲੱਗੇ ਨੇ ਸਾਰੇ ਕਾਰੋਬਾਰ 'ਤੇ ਤਾਂ ਕਬਜ਼ੀ ਇਹਨਾਂ ਦਾ। ਕਿਸਾਨਾਂ ਦਾ ਜੇ ਕਰਜ਼ੇ ਮਾਫ਼ ਕੀਤੇ ਨੇ ਉਹ 75,000 ਕਰੋੜ ਰੁਪਈਆ, ਉਹ ਸੋਨੀਆ ਗਾਂਧੀ ਔਰ ਡਾਕਟਰ ਮਨਮੋਹਨ ਸਿੰਘ ਨੇ ਕੀਤਾ, UPA ਸਰਕਾਰ ਦੇ ਵਿੱਚ ਕੀਤਾ, ਇਹ ਕਰ ਦਿੰਦੇ।